ਚੰਗੀ ਜਾਣਕਾਰੀ ਚੈਨਲ ਦੇਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦੋਸਤੋ ਆਏ ਅਸੀਂ ਗੋਪੀ ਬਰਾੜ ਕੋਲੇ, ਠੀਕ ਆ। ਅੱਜ ਜ਼ਿੰਦਗੀ ਹੁਣ ਜ਼ਿੰਦਗੀ ਦੀਆਂ ਗੱਲਾਂ ਕਰਦੇ ਹਾਂ, ਜ਼ਿੰਦਗੀ ਦੇ ਬਾਰੇ ਇੱਕ ਬਹੁਤ ਵੱਡੀ ਗੱਲ ਆ, ਕਿਉਂਕਿ ਅੱਜ ਕੱਲ੍ਹ ਨਾ ਜਿਹਨੂੰ ਮੇਰੇ ਵਰਗੇ ਨੂੰ 2 ਲਾਇਕ ਆ ਜਾਣ ਅਤੇ ਅਗਲਾ ਫੋਨ ਨਹੀਂ ਚੱਕਦਾ ਅਤੇ ਨਾ ਹੀ ਮਿਲਦਾ। ਅਸੀਂ ਮੈਂ ਅਤੇ ਸਾਡੇ ਪਿੰਡ ਵਾਲਾ ਬੀਤਾ ਬਰਾੜ ਮੈਂਬਰ ਬਾਈ ਗੋਪੀ ਕੋਲ ਆਏ ਸੀਗੇ, ਵਧੀਆ ਮਿਲਿਆ, ਵਧੀਆ ਪਰਿਵਾਰ ਆ ਅਤੇ ਬਾਈ ਨਵੀਂ ਭਰਾ ਬਹੁਤ ਵਧੀਆ ਇਹਨਾਂ ਦਾ ਸੁਭਾਅ, ਠੀਕ ਆ, ਵਧੀਆ ਮਿਲੇ। ਪਹਿਲਾਂ ਤਾਂ ਗੱਲ ਇਹ ਆ, ਕਿਉਂਕਿ ਅੱਜ ਕੱਲ੍ਹ ਜਿਹੜਾ ਸ਼ੂਟਿੰਗ ਆਪਾਂ ਵੇਖਦੇ ਹਾਂ ਕਿੰਨੇ ਔਨਲਾਈਨ ਫੈਨ ਮਿਲ ਜਾਂਦੇ, ਅਗਲਾ ਬਾਹਰ ਨਹੀਂ ਖੋਲਦਾ, ਠੀਕ ਹੈ। ਅਤੇ ਬਾਈ ਦਾ ਜਿਹੜਾ ਦਿਲ ਆ ਨਾ, ਇਹ ਪਹਿਲਾਂ ਘੋੜੀਆਂ ਵਾਲਾ ਦਿਲ ਤਾਂ ਵੱਡਾ ਹੁੰਦਾ ਹੀ ਆ, ਪਰ ਬਾਈ ਦਾ ਦਿਲ ਬਹੁਤ ਵੱਡਾ। ਅਤੇ ਬਾਈ ਅੱਜ ਆਪਾਂ ਗੱਲਾਂ ਕਰਨੀਆਂ ਵੀ ਤੈਨੂੰ ਸੀਗਾ ਵੀ ਯਾਰ ਆਪਾਂ ਆਹ ਕੰਮ ਮੌਕਾ ਮਿਲੂਗਾ, ਅਤੇ ਜਾਂ ਸੀਗਾ ਯਾਰ ਬਈ ਆਪਾਂ ਵੱਟੇ ਘੱਟਦੇ ਹਾਂ ਜਾਂ ਹੋਰ ਕੰਮ ਕਰਦੇ ਹਾਂ। ਨਹੀਂ ਬਾਈ, ਆਪਾਂ ਨੂੰ ਇਹ ਚੀਜ਼ਾਂ ਦਾ ਤਾਂ ਪਤਾ ਹੀ ਨਹੀਂ ਸੀਗਾ ਵੀ ਜ਼ਿੰਦਗੀ 'ਚ ਆਹ ਦਿਨ ਵੀ ਆਉਣਗੇ ਵੀ ਦੁਨੀਆ ਗੱਲਾਂ ਸੁਣਿਆ ਕਰੂਗੀ। ਬਾਕੀ ਬਈ ਬਾਂਹ ਫੜਨ ਵਾਲਾ ਮਹਾਰਾਜਾ, ਅਤੇ ਅੱਜ ਆਪਣੀ ਜ਼ਿੰਦਗੀ ਚੁਣਤੀ ਸੀ ਬਈ ਜਿਹੜੀ ਲਾਈਫ ਆ ਜ਼ਿੰਦਗੀ ਉਹਦੇ ਵਿੱਚ ਸਾਨੂੰ ਪੂਰਾ ਚਾਨਣਾ ਪਾਓ ਵੀ ਕਿੱਦਾਂ ਤੁਸੀਂ ਕੰਮ ਸ਼ੁਰੂ ਕੀਤਾ, ਠੀਕ ਆ, ਕਿਵੇਂ ਮਕਾਨ 'ਤੇ ਆਏ, ਕਿਉਂਕਿ ਅੱਜ ਦੇ ਸਮੇਂ ਮਕਾਨ 'ਤੇ ਆਉਣਾ ਬਹੁਤ ਔਖੀ ਗੱਲ ਆ, ਕਿਉਂਕਿ ਇੱਕ ਆਮ ਪਰਿਵਾਰ ਦੇ ਆਪਾਂ ਪਿੰਡਾਂ ਵਾਲੇ ਜ਼ਿਮੀਂਦਾਰ ਨੂੰ ਬਹੁਤ ਔਖਾ ਆਉਣੇ ਬਹੁਤ ਵੱਡੀ ਔਖੀ ਗੱਲ ਆ, ਅਤੇ ਇਹਦੇ ਬਾਰੇ ਸਾਨੂੰ ਦੱਸੋ ਬਈ। ਪਹਿਲਾਂ ਤਾਂ ਸਭ ਤੋਂ ਪਹਿਲਾਂ ਬਾਈ ਜੀ ਤੁਹਾਡਾ ਥੈਂਕ ਯੂ, ਤੁਸੀਂ ਆਪਦਾ ਸਮਾਂ ਕੱਢ ਕੇ ਪਹੁੰਚੇ ਮੇਰੇ ਕੋਲ। ਅਤੇ ਮੇਰਾ ਬਾਈ ਜੀ ਆਮ ਇੱਕ ਸਾਦਾ ਹੀ ਜੀਵਨ ਆ, ਮੇਰੀ 34 ਸਾਲ ਅੱਜ ਏਜ ਹੋ ਗਈ ਪੂਰੀ। ਮੇਰਾ ਜਨਮ 9 ਸਤੰਬਰ 1999 ਨੂੰ ਪਿਤਾ ਲਾਭ ਸਿੰਘ ਮਾਂ ਗੁਰਮੰਦਰ ਕੌਰ ਦੇ ਕੁੱਖੋਂ ਹੋਇਆ, ਅਤੇ ਮੇਰਾ ਪਿੰਡ 'ਚ ਹੀ ਜੀਵਨ ਬਤੀਤ ਹੋਇਆ। ਭਲਾਈਆਂ ਨਹੀਂ ਮੈਂ ਰਿਹਾ, ਇੱਥੇ ਪੜ੍ਹਿਆ, ਹੋਲੀ ਹੱਟ ਸਕੂਲ 'ਚ ਮੈਂ ਪੜ੍ਹਿਆ, ਠੀਕ ਆ। ਮੇਰੇ ਅਧਿਆਪਕ ਸੀਗੇ ਨਰੋਤਮ ਸਰ, ਇੱਕ ਉਹ ਅੱਜ ਬਈ ਅੱਜ ਚਲੋ ਨਹੀਂ ਦੁਨੀਆਂ 'ਚ ਰਹੇ, ਪਰ ਬਈ ਬੜਾ ਕੁਛ ਉਹਨਾਂ ਤੋਂ ਸਿੱਖਣ ਨੂੰ ਮਿਲਿਆ। ਇੱਕ ਉਹਨਾਂ ਦੇ ਛੋਟੇ ਬ੍ਰਦਰ ਸੀਗੇ ਜਸਪਾਲ ਸਿੰਘ ਜੀ, ਹੁਣ ਉਹਨਾਂ ਦਾ ਆਪਣਾ ਇੱਥੇ ਕਿਲੀ ਨਿਹਾਲ ਸਿੰਘ ਵਾਲੇ ਸਕੂਲ ਆ, ਉਹ ਬਾਲਾ ਜੀ ਦੇ ਨਾਂ 'ਤੇ, ਖਣੀ ਬਾਲਾ ਜੀ ਕੌਨਵੈਂਟ ਸਕੂਲ ਆਏ ਗਏ ਆ। ਮੇਰੇ ਦਿਮਾਗੋਂ ਗੱਲ ਨਿਕਲੀ ਪਈ ਆ, ਬੜਾ ਬਾਈ ਸਾਦਾ ਜੀਵਨ ਟੱਪਿਆ। ਕਿੰਨੀਆਂ ਪੜ੍ਹਿਆ ਬਾਈ? ਮੈਂ ਬਾਈ 10 ਜਮਾਤਾਂ ਹੋਲੀ ਹੱਟ ਸਕੂਲ 'ਚ ਪੜ੍ਹਿਆ, ਉਸ ਤੋਂ ਬਾਅਦ ਮੈਂ +1 ਅਤੇ +2 ਘਰੇ ਬਸ ਐਵੇਂ ਜਿਵੇਂ ਉਹ ਆਹਦੇ ਹੁੰਦੇ ਆ ਬਈ ਪੁਰਾਣੇ ਬਜ਼ੁਰਗ ਆਹ ਦਿੰਦੇ ਸੀਗੇ ਛੋਲੇ ਦੇ ਕੇ ਪਾਸ ਕਰਾਉਣ ਵਾਲੀ ਗੱਲ ਆ, ਉਦੋਂ ਬਾਅਦ ਬਸ ਜ਼ਿੰਦਗੀ ਕੰਮ ਵਾਲੇ ਪਾਸੇ ਆ ਗਈ। ਮੇਰਾ ਬਾਈ ਜੀ ਡੈਡੀ ਸੀਗਾ ਜਿਹੜਾ ਮੇਰੇ ਦਾਦਾ ਜੀ ਦੇ 4 ਬੇਟੀਆਂ ਹੋਈਆਂ ਸੀਗੀਆਂ, 4 ਤੋਂ ਮਗਰੋਂ ਹੋਇਆ ਸੀਗਾ, ਅਤੇ ਮੇਰੇ ਦਾਦਾ ਜੀ ਨੇ ਬੜੇ ਲਾਡ ਨਾਲ ਪਹਿਲਾਂ ਤਾਂ ਉਹਨੂੰ ਪਾਲਿਆ। ਉਸ ਤੋਂ ਬਾਅਦ ਬਾਈ ਜੀ ਜਦੋਂ ਮੈਂ 5 ਕੁ ਸਾਲ ਦਾ ਸੀਗਾ, ਬੰਦਿਆਂ ਦੀ ਕਮੀ ਸੀਗੀ ਘਰੇ, ਵਾਹਣ ਉੱਚੇ ਸੀਗੇ, ਮੇਰੇ ਦਾਦੇ ਨੇ ਮੇਰੀ ਬੜੀ ਸੇਵਾ ਕਰੀ। 11 ਬਦਾਮ ਜੱਟ ਦੇ ਤੜਕੇ ਧੋਤੇ ਪਏ ਹੁੰਦੇ ਸੀਗੇ, ਚਰੜ ਚਰੜ ਹੀ ਖਾ ਜਾਂਦਾ ਸੀਗਾ, ਠੀਕ ਆ। ਅਤੇ ਮੈਨੂੰ ਲੱਗਦਾ ਨਾ ਬਾਹਲਾ 2 ਗੱਟੇ ਬਦਾਮਾਂ ਦੇ ਖਵਾ ਦਿੱਤੇ ਉਹਨੇ ਮੇਰੇ ਦਾਦੇ ਨੇ, ਪਰ ਉਹਨੇ ਇੱਕ ਗੱਲ ਆਖਿਆ ਸੀਗਾ ਵੀ ਪੁੱਤਰਾ ਜ਼ਿੰਦਗੀ 'ਚ ਕੋਈ ਬਣ ਕੇ ਵਿਖਾਉਣਾ, ਅਤੇ ਆਪਾਂ ਬਾਈ ਜੀ ਜ਼ਿੰਦਗੀ 'ਚ ਬਣ ਕੇ ਵੀ ਵਿਖਾਇਆ, ਕੰਮ ਕਰਿਆ, ਕਮਾਈ ਕਰੀ ਆਪਦੀ, ਕਿਸੇ ਤੋਂ ਗਾਲ ਲਾਂਭਾ ਨਹੀਂ ਲਿਆ, ਗਲਤ ਕੋਈ ਸ਼ਰਾਰਤ ਨਹੀਂ ਕਰੀ। 10 ਜਮਾਤਾਂ ਜਦੋਂ ਬਾਈ ਮੈਂ ਪੜ੍ਹ ਗਿਆ, ਉਸ ਤੋਂ ਬਾਅਦ ਸਾਡੇ ਇੱਥੇ ਵਾਹਣ ਉੱਚੇ ਸੀਗੇ, ਵਾਹਣ ਪਹਿਲਾਂ ਅਸੀਂ ਭੱਠੇ ਵਾਲਿਆਂ ਨੂੰ ਦਿੱਤਾ, ਫਿਰ ਮੈਂ 10-11 ਸਾਲ ਦੀ ਉਮਰ 'ਚ ਨਿੱਕੀ ਜਿਹੀ ਕਹੀ ਬਣਾਤੀ ਮੈਨੂੰ, ਉਦੋਂ ਮੈਂ ਛੋਟੀ ਜਿਹੀ ਉਮਰ 'ਚ ਹੀ ਮੇਰੇ ਬਾਪੂ ਨਾਲ ਵਾਹਣ ਪੱਧਰ ਕਰਾਇਆ, ਜਾਣੀ ਕਹਿਣ ਦਾ ਭਾਵ ਪੰਗਾਂ ਜਿਹੜੀਆਂ ਭੱਠੇ ਵਾਲਿਆਂ ਦੀਆਂ, ਜਿਹੜੇ ਬੰਦੇ ਜਾਣਦੇ ਆ ਨਾ ਉਹਨਾਂ ਨੂੰ ਪਤਾ ਰਾਹ ਬਣੇ ਹੁੰਦੇ ਜਿੱਥੇ ਪਥੇਰ ਲੱਗੀ ਹੁੰਦੀ ਆ, ਉਹ ਪੰਗਾਂ 'ਤੇ ਪਾਣੀ ਮੈਂ ਆਪ ਚੜ੍ਹਾਇਆ ਮੇਰੇ ਡੈਡੀ ਨਾਲ, ਫਿਰ ਅਸੀਂ ਉਹ ਪੰਗਾਂ ਗਿੱਲੀਆਂ ਕਰਕੇ ਵਾਹੁਣੀਆਂ, ਫਿਰ ਉਹ ਜਦੋਂ ਸਿੱਟਣੀਆਂ ਟੋਇਆਂ 'ਚ, ਮੈਂ ਆਪ ਸਾਰੇ ਕੰਮ ਕਰੇ ਆ ਇਹ। ਅਤੇ ਆਮ ਨੋਰਮਲ ਜ਼ਿੰਦਗੀ ਜਿਉਂ ਆ ਬਈ, ਆਪਾਂ ਕਦੇ ਹਕਾਰ ਨਹੀਂ ਕਰਿਆ, ਪੈਸਾ ਆਇਆ ਵੀ ਬਹੁਤ ਆ ਗਿਆ ਵੀ ਬਹੁਤ ਆ, ਪਰ ਆਪਾਂ ਕਦੇ ਹਕਾਰ ਨਹੀਂ ਕਰਿਆ ਪੈਸੇ ਦਾ। ਵਧਗਾ ਸੈਂਪਲ ਆਮ ਘਰ ਦਾ ਮੁੰਡਾ ਮੈਂ, ਕੋਈ ਬਾਹਲਾ ਆਇਆ ਆਉਣੀ ਵੀ ਫੂਮ ਫਾ, ਕਈ ਮੈਨੂੰ ਹੁਣ ਵੀ ਆਖ ਦਿੰਦੇ ਆ ਯਾਰ ਬੜੀ ਤੇਰੀ ਚੜ੍ਹਾਈ ਆ ਤੂੰ ਬਣ ਠਣ ਕੇ ਰਿਹਾ ਕਰ। ਨਹੀਂ ਬਈ, ਆਪਾਂ ਸੈਂਪਲ ਹੀ ਰਹਿਣਾ ਜਿਵੇਂ ਹੈਗੇ ਉਵੇਂ ਹੀ ਰਹਿਣਾ। ਪਹਿਲਾਂ ਵੀ ਪਿੰਡ 'ਚ ਮੈਨੂੰ ਕਈ ਆਖਦੇ ਯਾਰ ਤੂੰ ਆਪਣਾ ਕਮੀਜ਼ 'ਤੇ ਨਿਕਰ 'ਚ ਹੀ ਤੁਰਿਆ ਫਿਰਦਾ, ਬਾਈ ਆਪਾਂ ਕਮਾਈ ਵਾਲੇ ਬੰਦੇ ਹਾਂ ਹੈ ਨਾ, ਸਿੰਪਲ ਹੀ ਰਹੀਦਾ, ਬਸ ਖੇਤ ਕਦੇ ਝੋਨੇ ਨੂੰ ਪਾਣੀ ਛੱਡ ਲਿਆ, ਕਦੇ ਰੇਹ ਸਪਰੇ, ਬਸ ਜਿਵੇਂ ਚੱਲੀ ਜਾਂਦਾ ਜ਼ਿੰਦਗੀ ਚੱਲੀ ਜਾਂਦੀ। ਜਿਹੜੀ ਸ਼ੌਂਕ ਦੀ ਗੱਲ ਆ ਬਾਈ, ਸ਼ੌਂਕ ਜਿਹੜਾ ਘੋੜੀਆਂ ਦਾ ਮੇਰੇ ਕੀੜਾ ਪੈਦਾ ਕਰਨ ਵਾਲਾ, ਆਪਾਂ ਮਰ ਜਾਣਾ ਉਹ ਬੰਦਾ ਦੁਨੀਆਂ ਛੱਡ ਕੇ ਤੁਰ ਗਿਆ, ਸ਼ੌਂਕ ਵਾਲੇ ਪਾਸੇ ਮੈਨੂੰ ਲਿਆਉਣ ਵਾਲਾ ਮੇਰਾ ਤਾਇਆ ਸਾਧੂ ਬਰਾੜ, ਉਹ ਬੰਦੇ ਦਾ ਮੈਂ ਬਹੁਤ ਰਿਣੀ ਹਾਂ। ਮੈਨੂੰ ਜ਼ਿੰਦਗੀ 'ਚ ਸਭ ਤੋਂ ਵੱਡਾ ਦੁੱਖ ਵੀ ਉਦੇ ਹੋਇਆ ਜਿੱਦੇ ਉਹਦੀ ਮੌਤ ਹੋਈ ਆ। ਮੈਂ ਅੱਜ ਤੱਕ ਜ਼ਿੰਦਗੀ 'ਚ ਮੇਰੇ ਅੱਖ 'ਚੋਂ ਹਿੰਝ ਨਹੀਂ ਆਈ ਸੀਗੀ ਕਦੇ ਵੀ,
मैं जिंदगी दो बारी रोया जहाँ जिद मेरे दादा एक्सपायर होया सीगा गुरनाम बराड़ उत्ते ते जा जिद मेरा ताया एक्सपायर होया वो अपने घर बई बूटा ला गया उन्हें असी 1999 पहली बारी मुक्तसर मेले ते गए हां लैके घोड़ी उहदी घोड़ी मगर संजाप विशेरा सी संजाप ही घोड़ी सी उत्थे बस ऐ जाने तीन दिन असी रह मेले ते मैं खर शाम नूं बई नाल आ जांदा ही अजे पाल नाल छोटी उमर सी उदों 10-11 साल की कोई उम्र नहीं होंगी बच्चा ही होंदा वह वड्डा सी ताए दा मुंडा 16 साल का सी असी शाम नूं घरे आ जाना फिर जा वड़दा वा उत्थों कीड़ा पैंदा पैंदा मैं मेरे ताए नूं आख्या वी जा तां मैनूं शौंक ना पौंदा जा घोड़ी दा फिर उहने मेरी दादी ताए साधू की बहुत मानदी सीगी फिर मेरी दादी नूं आख्या वी ऐ करके आपां इहनूं घोड़ी दवागे क्योंकि मेरी दादी कोले पैसे सीगे उहनूं किसे पासों ना पैसे मिले सीगे मेरे दादे दादी ने फिर राय बनाई वह मेरा दादा का भी लै दें घोड़ी तो पालनी पो कि वो ना हो असी लैके बंध के किले तो तू पाल देना फिर साडे रिश्तेदारी ची सी गब्बड़ घोड़ी बई 8 महीनों की वह घोड़ी मेरी दादी की भैन क्या कोले सी मेरे बापू ने तुआरता भी जा इनू लिया दे तवार कुर्सी में भूरो आ रहे थे मेरी दादी को पिंड चाहता जा भूरो इन लिया दे घोड़ी 32,000 रुपये के बई घोड़ी लिया असी वो ठीक है जो 32,000 की लिया 7 महीने की गब्बन से 4 महीने बाद साढ़े को सूगी उन्हें बई लाल चंबी विशेरी दिती विशेरी फिर मैं ते मेरे बापू ने व्डे ने पाली उन्होंने चोकर असी 8-9 दिनों में गट्टा खवाते थे देसी घ्यो दिता घर का फिर मित्रा वो टाइम जोड़े टाइम विशेरी बेची है ना 73,000 की उदों तेरी जमीन 1,20,000 किला चाह जाती एड्डी महंगी विशेरी बीजी सी उदू बाद बी जो मंगा का शौक आ मंगा वाले शौक वाले पासे मैनू लिया डॉक्टर हरबंस किली वाला बड़ा ना होया इलाके च फेमस आ वह बंदा वो हूँ बेटा हैगा मंटा जो मेरिया घोड़िया रखिया होंगे सीगा तो मैं ना घोड़िया के पिछों लिद हटा के डॉक्टर आए थे टीका लाने साढ़े मैं दे खनी की हो गया सी ढिली सी मझ पिंड घर से अपना जो मैं लिद पछाँ हटा के घोड़िया की ढेरिया बना के तो बह गया मैंने आता किमें छोटे बह गया मैं क्या जी अंकल जी मैं काम करता मैंने आता नहीं बेटा आए नहीं तुम यार तेन घोड़िया का शौक आ मैं माड़ा नहीं कहता चंगे पासे लग्या पर नाल आ यार कदर इन्हों की भी करया कर बस बई वो एक गल ही मन च पा ली वो बंदे ने अपन सिखाया भी बड़े तजर्बे सिखाए जिंदगी मैं नाल दौड़ा घोड़िया मझा थले भी मारता जो